ਔਰ ਤੁਹਾਨੂੰ ਪਤਾ ਜਿਹੜਾ ਦਿੱਲੀ ਦਾ ਅੰਦੋਲਨ ਆ, SKM ਗੈਰ ਰਾਜਨੀਤਿਕ ਤੇ KMM ਕਿਸਾਨ ਮਜ਼ਦੂਰ ਮੋਰਚੇ ਦਾ ਸਾਂਝਾ ਅੰਦੋਲਨ ਆ। ਔਰ ਦੇਖੋ ਜਿਹੜੇ ਕੱਲ ਘਟਨਾਕ੍ਰਮ ਹੋਇਆ ਤੁਹਾਡੇ ਸਾਹਮਣੇ ਆ, ਅੱਜ ਅਸੀਂ ਕਿਉਂਕਿ ਡਲੇਵਾਲ ਸਾਹਿਬ ਸਵੇਰੇ ਜਿਹੜੇ ਜ਼ਖਮੀ ਹੋਏ ਸੀ ਉਹਨਾਂ ਦਾ ਪਤਾ ਲੈਣ ਚਲੇ ਗਏ, ਇਸ ਕਰਕੇ ਉਹ ਲੇਟ ਆ ਸਕੇ ਨੇ, ਤੇ ਨਵੀਂ ਜਿਹੜੀ ਅਸੀਂ ਕੋਈ ਗੱਲ ਕਰ ਪਾਉਣੀ ਸੀ ਉਹ ਤਾਂ ਸੰਭਵ ਨਹੀਂ ਹੈਗੀ। ਉਹਨਾਂ ਦੇ ਆਇਆ ਉਹ ਆਪਣੇ ਫੋਰਮ ਨਾਲ ਗੱਲ ਕਰ ਰਹੇ, ਅਸੀਂ ਗੱਲ ਕਰ ਲਈ ਆ, ਆਪਾਂ ਦੋਹਰੇ ਤੁਹਾਨੂੰ ਕਾਲ ਕਰ ਲਾਂਗੇ, ਠੀਕ ਹੈ ਜੀ, ਉਹਦੇ ਵਿੱਚ ਸਾਰੀ ਕਲੀਅਰ ਕਰਾਂਗੇ। ਪਰ ਜਿਹੜੀ ਜਾਣਕਾਰੀ ਮੈਨੂੰ ਉਹਨਾਂ ਨੇ ਮੁਹੱਈਆ ਕਰਾਈ, ਇੱਕ ਤਾਂ ਜਿਹੜੇ ਜ਼ਖਮੀ ਆ ਜਿਹੜੇ ਇੱਥੇ ਪਟਿਆਲੇ ਦੇ ਵਿੱਚ MLR ਉਹਨਾਂ ਦੀ ਕੱਟੀ ਉਹ 60 ਨੇ, ਉਵੇਂ ਇਹਦੇ ਨੂੰ ਜ਼ਿਆਦਾ ਬੰਦੇ ਹਸਪਤਾਲਾਂ 'ਚ ਦਾਖਲ ਹੀ ਨਹੀਂ ਹੋਏ ਹੈਗੇ ਜਿਹਨਾਂ ਦੇ ਸੱਟਾਂ ਹੈਗੀਆਂ ਵਾ, ਉਹਨਾਂ ਨੂੰ ਕਿਹਾ ਵੀ ਸਰਕਾਰੀ ਕਰਾਓ, ਜ਼ਿਆਦਾ ਨੇ ਜ਼ਖਮੀ ਛੋਟੀਆਂ ਮੋਟੀਆਂ ਸੱਟਾਂ ਵਾਲੇ। 30 ਜਿਹੜਾ ਖਨੌਰੀ ਬਾਰਡਰ ਆ ਉਹਦੇ ਤੇ 30 ਬੰਦਿਆਂ ਦੇ ਜ਼ਖਮੀ ਹੋਣ ਦੀਆਂ ਖਬਰਾਂ ਨੇ ਜਿਹੜੀ ਮੈਨੂੰ ਹੁਣ ਜਾਣਕਾਰੀ ਮਿਲੀ ਆ। ਅੱਜ ਇੱਥੇ ਤਾਂ ਪੁਲਿਸ ਨੇ ਅੱਗੇ ਆ ਕੇ ਲਾਠੀਚਾਰਜ ਨਹੀਂ ਕੀਤਾ, ਉੱਥੇ ਅੱਗੇ ਆ ਕੇ ਪੁਲਿਸ ਨੇ ਲਾਠੀਚਾਰਜ ਵੀ ਕੀਤਾ ਵਾ, ਤਾਂ ਬੰਦਿਆਂ ਦੀਆਂ ਲੱਤਾਂ ਵੀ ਟੁੱਟੀਆਂ ਹੈਗੀਆਂ। BKU ਕ੍ਰਾਂਤੀਕਾਰੀ ਦਾ ਸਿੰਘ ਆ ਜਿਹਦੀ ਲੱਤ ਟੁੱਟੀ ਹੈਗੀ ਆ। ਸਾਡੇ ਵੀ ਗੰਭੀਰ ਬੰਦੇ ਆ ਜਿਹੜੇ ਹਸਪਤਾਲ 'ਚ ਪਏ ਹੋਏ ਆ, ਠੀਕ ਆ, ਇੱਕ ਨੂੰ ਪਲਸਤਰ ਲੱਗਾ ਵਾ, ਇੱਕ ਦਾ ਆਪਰੇਟ ਹੋਇਆ ਹੈਗਾ, ਬਲਦੇਵ ਸਿੰਘ ਜੀ ਬੱਗਾ ਨੇ ਮੇਰੇ ਕੋਲ ਆਪਰੇਟ ਹੋਇਆ ਤੇ ਮਸਾਣੀਆ ਸਾਹਿਬ ਨੇ ਜਿਹੜੀ ਲੱਤ ਨੂੰ ਪਲਸਤਰ ਲੱਗਾ ਹੋਇਆ, ਤੇ ਹੌਲੀ ਹੌਲੀ ਅਸੀਂ ਹੁਣ ਸਾਰੇ ਨਾਮ ਹੀ ਲੱਭ ਰਹੇ ਹਾਂ, ਸਾਰਾ ਤਲਾਸ਼ ਰਹੇ ਹਾਂ ਵੀ ਕਿੱਡੇ ਕਿੱਦਾਂ ਜ਼ਖਮੀ ਹੋਏ ਨੇ, ਕੀ ਕੁਲ ਹੋਇਆ। ਮੈਂ ਜਿਹੜੀ ਤੁਹਾਨੂੰ ਦੱਸਣਾ ਚਾਹਾਂਗਾ ਵੀ ਦੇਖੋ ਜਿਹੜੀਆਂ ਬੁਲਟਸ ਵਰਤੀਆਂ ਗਈਆਂ ਨੇ, ਇੱਕ ਤਾਂ ਆਹ ਵਰਤਿਆ ਜਾ ਰਿਹਾ ਤੁਹਾਡੇ ਸਾਹਮਣੇ, ਇਹ ਦੇਖ ਲਓ, ਦੂਸਰਾ ਹੈਗਾ ਆਹ, ਇਹ ਫੌਜੀਆਂ ਦੀ ਟੈਕਨੀਕ ਮੁਤਾਬਕ ਇਹ ਸਾਡੇ ਤੇ ਵਰਤਿਆ ਨਹੀਂ ਜਾ ਸਕਦਾ ਵੀ ਹੈਵੀ ਤਾਕਤ ਦੀ ਵਰਤੋਂ ਕਰ ਰਹੀ ਆ ਸਰਕਾਰ। ਔਰ ਤੁਹਾਡੇ ਮੀਡੀਆ 'ਚ ਜਿਹੜੀ ਗੱਲ ਆਉਂਦੀ ਆ ਵੀ ਪੁਲਿਸ, ਪੁਲਿਸ ਨਹੀਂ ਹੈ, ਅਗਲੇ ਬਣੇ ਅਰਧ ਸੈਨਿਕ ਫੋਰਸ ਨੇ, BSF ਤੇ RPF ਆ, ਉਹਨਾਂ ਨੇ ਮੋਰਚਾ ਸਾਂਭਿਆ। ਪਹਿਲੀ ਵਾਰ ਹੋਊਗਾ ਵੀ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਅਰਧ ਸੈਨਿਕ ਫੋਰਸ ਅਟੈਕ ਕਰ ਰਹੀਆਂ ਨੇ, ਇੰਨਾ ਜ਼ਬਰ ਢਾਇਆ ਜਾ ਰਿਹਾ। ਔਰ ਤੁਹਾਨੂੰ ਮੈਂ ਦੱਸਾਂ ਵੀ ਉਹਨਾਂ ਨੇ ਬੁਲਟਾਂ ਕਿਹੜੀਆਂ ਕਿਹੜੀਆਂ ਵਰਤੀਆਂ ਨੇ, ਇਹ ਤੋਂ ਕਹਾਂ ਆਹ ਰਬੜ ਵਾਲੀ ਗੋਲੀ ਜਿਹੜੀ ਆ ਉਹ ਚਲਾਈ, ਵਰਤੋਂ ਕੀਤੀ ਜਾ ਰਹੀ ਉਹਨਾਂ ਦੀ, ਇਹ ਤੋਂ ਕਹਾਂ ਆਹ ਰਬੜ ਦੀਆਂ ਗੋਲੀਆਂ ਵਾ ਜਿਹੜੀਆਂ ਜਿਨ੍ਹਾਂ ਦੀ ਵਰਤੋਂ ਹੁੰਦੀ ਹੈਗੀ ਆ, ਇੱਕ ਤਾਂ ਇਹ ਵੀ ਹੈਗੇ ਆ। ਔਰ ਇਹ ਤੋਂ ਕਹਾਂ ਜਿਹੜੀ ਵੱਡੀ ਖਤਰੇ ਵਾਲੀ ਗੱਲ ਹੈਗੀ ਆ ਵੀ ਜਿਵੇਂ ਕਿਸੇ ਦੂਜੇ ਮੁਲਕ ਦੇ ਉੱਤੇ ਅਟੈਕ ਕਰੀਦਾ ਵਾ, ਉਹਦੇ ਵਾਂਗ ਜਿਹੜੇ SLR ਤੇ ਫੈਰ ਨੇ ਉਹਦੇ ਖੋਲ ਮਿਲੇ ਸਾਨੂੰ ਚੱਲੇ ਹੋਏ ਨੇ, ਉਹ ਵੀ ਕੀਤੇ ਗਏ ਸਾਡੇ ਦੇਸ਼ ਦੇ ਵਿੱਚ ਜਿਹੜੀ SLR ਆ, ਠੀਕ ਆ ਜੀ, ਉਹ ਵੀ ਕਿੱਥੇ ਨਿਕਲ ਗਏ ਨਹੀਂ ਪਾਏ ਥੱਲੇ ਸੁੱਟ ਲਏ। ਠੀਕ ਆ, ਮੈਂ ਉਦੋਂ ਵੀ ਦਿਖਾਏ ਆ, ਉਹ SR ਪੈ ਗਏ ਬਈ, ਆਹ SLR ਦੇ ਖੋਲ ਆ ਜਿਹੜੇ ਚੱਲੇ ਹੋਏ ਆ, ਜਿਹੜੇ ਸਾਡੇ ਤੇ ਵਰਤੋਂ ਕੀਤੀ ਗਈ ਆ, ਤਾਂ ਮਤਲਬ ਪੂਰੀ ਤਰ੍ਹਾਂ ਮੋਦੀ ਸਰਕਾਰ ਤਾਕਤ ਦੀ ਵਰਤੋਂ ਕਰ ਰਹੀ ਆ। ਮੈਂ ਫਿਰ ਗੱਲ ਸਾਫ ਕਰ ਦੇਵਾਂ, ਸਾਡੇ ਜਿਹੜੇ ਅੰਦੋਲਨ ਦਾ ਮਨੋਰਥ ਆਪਣੀਆਂ ਮੰਗਾਂ ਮਨਾਉਣੀਆਂ ਔਰ ਸਰਕਾਰ ਨਾਲ ਬਹਿ ਕੇ ਗੱਲਬਾਤ ਦਾ ਨਿਬੇੜਾ ਕਰਨਾ, ਮਕਸਦ ਹੈਗਾ MSP ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਓ, ਮਕਸਦ ਹੈਗਾ C2 50% ਫਾਰਮੂਲੇ ਅਨੁਸਾਰ ਫਸਲਾਂ ਦੇ ਭਾਅ ਦਿਓ, ਮਕਸਦ ਇਹ ਹੈਗਾ ਵੀ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰੋ, ਬਿਜਲੀ ਬਿੱਲ
ਜਿਹੜਾ ਨਿੱਜੀਕਰਨ ਦੀ ਨੀਤੀ ਉਹਨੂੰ ਵਾਪਸ ਲਓ, ਪੋਲੂਸ਼ਨ ਐਕਟ ਦੇ ਵਿੱਚੋਂ ਜਿਹੜਾ ਵਾ ਉਹ ਬਾਹਰ ਕੱਢੋ ਖੇਤੀ ਨੂੰ, ਠੀਕ ਹੈ, ਨਰੇਗਾ 200 ਦਿਨ ਚਲਾਓ ਔਰ ਉਹਦੇ ਵਿੱਚ ਜਿਹੜਾ 700 ਰੁਪਇਆ ਦਿਹਾੜੀ ਦਿਓ, ਸੰਵਿਧਾਨ ਦੀ 5ਵੀਂ ਸੂਚੀ ਆਦਿਵਾਸੀਆਂ ਵਾਸਤੇ ਉਹ ਲਾਗੂ ਕਰੋ। ਇਹ ਮੰਗਾਂ ਸਾਡੇ ਲਈ ਕੀ ਨੇ, ਜਿਹੜੀ ਪਰਸੈਪਸ਼ਨ ਬਣਾਈ ਜਾ ਰਹੀ ਹੈ ਸਾਡੇ ਲਈ ਵੀ ਇਹ ਸਾਡੀ ਦਿੱਲੀ ਜਾਣਾ ਅਣਖ ਦਾ ਸਵਾਲ ਨਹੀਂ ਹੈ, ਅਸੀਂ ਸਰਕਾਰ ਨਾਲ ਟਕਰਾਅ ਪੈਦਾ ਕਰਨ ਲਈ ਨਹੀਂ ਆਏ ਹੋਏ ਵੀ ਬੈਰੀਕੇਡ ਤੋੜਨੇ ਸਾਡਾ ਅਣਖ ਦਾ ਸਵਾਲ ਹੈ। ਦੋ ਕੰਮ, ਜਾਂ ਸਰਕਾਰ ਬਹਿ ਕੇ ਸਾਡੀਆਂ ਮੰਗਾਂ ਮੰਨ ਲਵੇ, ਜਾਂ ਇਸ ਜਮਹੂਰੀਅਤ ਦੇ ਵਿੱਚ ਸਾਨੂੰ ਦਿੱਲੀ ਜਾਣ ਦਾ ਹੱਕ ਦੇ ਦੇਵੇ ਵੀ ਇੱਥੇ ਆ ਕੇ ਆਪਦੀ ਗੱਲ ਕਰ ਲਓ। ਹੁਣ ਦੋਵੇਂ ਚੀਜ਼ਾਂ ਨਹੀਂ ਗੱਲ ਸਰਕਾਰ ਕਰ ਰਹੀ, ਨਾ ਸਾਡੀਆਂ ਮੰਗਾਂ ਮੰਨ ਰਹੀ ਆ ਨਾ ਦੂਜੀਆਂ। ਜਿਹੜਾ ਕੱਲ ਅੱਜ ਮੈਂ ਅਨੁਰਾਜ ਠਾਕੁਰ ਜੀ ਦਾ ਬਿਆਨ ਦੇਖ ਰਿਹਾ ਵੀ ਉਨ੍ਹਾਂ ਮੰਗ ਕਹਿ ਰਹੇ ਵੀ ਉਹਨਾਂ ਦੇ ਮੰਗ ਪੱਤਰ ਵੱਧਦਾ ਜਾ ਰਿਹਾ, ਮੈਂ ਕੋਈ ਹਿੰਦੀ ਰਿਪੀਟ ਕਰ ਦੂੰ, ਉਹ ਠੀਕ ਨਹੀਂ ਹੈ। ਅਸੀਂ ਪਹਿਲੇ ਦਿਨੋਂ ਜਿਹੜਾ ਮੰਗ ਪੱਤਰ ਭੇਜਿਆ ਉਹੀ ਸਾਡਾ ਮੰਗ ਪੱਤਰ ਹੈਗਾ। ਹੁਣ ਇਹ ਕੇਂਦਰ ਸਰਕਾਰ ਤੈਅ ਕਰੂਗੀ ਵੀ ਕਿਹੜੀ ਮੰਗ ਅਸੀਂ ਲਿਖ ਕੇ ਘੱਲੀਏ ਤੇ ਕਿਹੜੀ ਨਾ ਘੱਲੀਏ। ਜਿਵੇਂ ਨੈਸ਼ਨਲ ਮੀਡੀਆ ਤੇ ਸਾਨੂੰ ਫਿਰ ਖਾਲਿਸਤਾਨ ਦਾ ਅਟੈਕ ਲਾਉਣ ਦਾ ਯਤਨ ਹੋ ਰਿਹਾ, ਇਹ ਠੀਕ ਨਹੀਂ ਹੈਗਾ ਦੇਸ਼ ਦੇ ਕਿਸਾਨ ਮਜ਼ਦੂਰ ਵਾਸਤੇ। 4 ਅਟੈਕ ਆ ਗਏ ਆ, ਪਹਿਲੋਂ ਤਾਂ ਕਹਿੰਦੇ ਜੀ ਪ੍ਰੋ ਲੈਫਟ ਹੋਣਗੇ, ਇੱਕ ਅਟੈਕ ਹੈਗਾ, ਫਿਰ ਕਹਿੰਦੇ ਜੀ ਪ੍ਰੋ ਕਾਂਗਰਸ ਹੋਣਗੇ, ਦੂਜਾ ਅਟੈਕ ਹੈਗਾ, ਫਿਰ ਕਹਿੰਦੇ ਜੀ ਪੰਜਾਬ ਦੀ ਸਰਕਾਰ ਇਹਨਾਂ ਨੂੰ ਹਮਾਇਤ ਕਰ ਰਹੀ ਹੈ, ਤੀਜਾ ਆ ਗਿਆ ਫਿਰ ਖਾਲਿਸਤਾਨ। ਪਹਿਲੋਂ ਹੈ ਕੀ ਆ ਪਤਾ ਕਰ ਲਓ, ਹਰ ਵਾਰੀ ਸਟੈਂਡ ਚੇਂਜ ਕਰਦੇ ਜੀ, ਠੀਕ ਆ। ਤਾਂ ਇਹ ਠੀਕ ਨਹੀਂ ਹੈਗਾ, ਸਾਡੀ ਪਰਸੈਪਸ਼ਨ ਨੂੰ ਬਣਾਉਣਾ ਇਹ ਠੀਕ ਨਹੀਂ। ਤੁਹਾਡੇ ਮਾਧਿਅਮ ਨਾਲ ਕਹਿਣਾ ਚਾਹੂੰਗਾ ਵੀ ਅਸੀਂ ਬਚਾਅ 'ਚ, ਅਸੀਂ ਲੋਕਾਂ ਨੂੰ ਕਿਹਾ ਹੈਗਾ ਵੀ ਅਸੀਂ ਬਚਾਅ ਦੇ ਵਿੱਚ ਚਾਹੁੰਦੇ ਹਾਂ ਵੀ ਬੋਰੀਆਂ ਜਿਹੜੀਆਂ ਵਾ ਜਿਹਦੇ ਨਾਲ ਹੰਝੂ ਗੈਸ ਨੂੰ ਰੋਕਿਆ ਜਾ ਕੇ ਘੱਟ ਘੱਟ ਸਾਡੇ ਤੇ ਵਰਤੋਂ ਹੋਵੇ, ਉਹਨੂੰ ਰੱਖਿਆ ਜਾ ਸਕੇ। ਕੋਈ ਪਾਣੀ ਲੈ ਕੇ ਆ ਜਾਓ, ਕੋਈ ਪੰਪ ਲੈ ਕੇ ਆ ਜਾਓ, ਜਦੋਂ ਗੋਲਾ ਸੁੱਟਣ ਸਾਡੇ ਤੇ ਅਸੀਂ ਉਹ ਗੋਲਾ ਠੰਡਾ ਕਰ ਸਕੀਏ। ਤੋ ਦੂਜਾ ਸਾਡਾ ਪੱਕਾ ਵਾ ਵੀ ਵਿਖਾਇਆ ਤੇ ਇਹ ਜਾ ਰਿਹਾ ਮੀਡੀਆ ਵੱਲੋਂ ਵੀ ਪੈਰਲਲ ਪੱਥਰ ਮਾਰੇ ਜਾ ਰਹੇ, ਠੀਕ ਹੈ, ਇਹ ਠੀਕ ਨਹੀਂ ਹੈਗਾ, ਕੋਈ ਇੱਕ ਅੱਧੀ ਘਟਨਾ ਵਾਪਰ ਸਕਦੀ ਆ। ਤੇ ਅਸੀਂ ਅੱਜ ਵੀ ਕਹਿੰਦੇ ਹਾਂ ਵੀ ਸਾਡਾ ਅੰਦੋਲਨ ਪੀਸਫੁਲੀ ਆ ਔਰ ਅਮਨ ਆ, ਅਸੀਂ ਸਮਝਦੇ ਹਾਂ ਵੀ ਜੇ ਸਾਡਾ ਅੰਦੋਲਨ ਪੁਰ ਅਮਨ ਤੇ ਪੀਸਫੁਲ ਰਿਹਾ ਤੇ ਸਾਨੂੰ ਜਿੱਤਣੋਂ ਕੋਈ ਵੀ ਹਰਾ ਨਹੀਂ ਸਕਦਾ ਹੈਗਾ, ਅਸੀਂ ਜਿੱਤਾਂਗੇ। ਤੇ ਸਾਡਾ ਨੌਜਵਾਨ ਸਿਆਣਾ ਵਾ, ਸਮਝਦਾਰ ਆ, ਕੇਂਦਰ ਸਾਨੂੰ ਪਹਿਲੋਂ ਬਦਨਾਮ ਕਰਨ ਲਈ ਤਿਆਰ ਹੈਗੀ ਆ ਔਰ ਉਹ ਸਾਡੀ ਨੈਗੇਟਿਵ ਘਟਨਾ ਇੱਕ ਅੱਧੀ ਨੂੰ ਚੜਾ ਕੇ ਵੱਧ ਤੋਂ ਵੱਧ ਪੇਸ਼ ਕਰੂਗੀ, ਜਿਹੜਾ ਕੁਝ ਉਹ ਕਰ ਰਹੇ ਆ ਉਹਨੂੰ ਡੀਰੇਲ ਕੀਤਾ ਜਾਊਗਾ। ਇਸ ਕਰਕੇ ਅਸੀਂ ਪੰਜਾਬ ਦੇ ਵਾਸੀਆਂ ਨੂੰ ਅਪੀਲ ਕਰਦੇ ਹਾਂ ਵੀ ਅਸੀਂ ਟਕਰਾਅ ਨਹੀਂ ਕਰਨਾ ਹੈਗਾ, ਅਸੀਂ ਮੰਗਾਂ ਮਨਵਾਉਣੀਆਂ ਹੈਗੀਆਂ। ਤਾਂ ਅੱਜ ਦੀ ਅਪਡੇਟ ਇਹ ਸੀ, ਤੁਸੀਂ ਇਕੱਲੇ ਇਕੱਲੇ ਨੂੰ ਪੁੱਛਦੇ ਜੋ ਫਿਰ ਮਜਬੂਰੀ ਹੁੰਦੀ ਆ, ਤੁਹਾਡੇ ਨਾਲ ਗੱਲ ਕਰਨ ਨੂੰ ਜੀਅ ਬਹੁਤ ਕਰਦਾ, ਫਿਰ ਹੁੰਦਾ ਵੀ 4-4 ਘੰਟੇ ਹੀ ਸੌਂਦੇ ਆ, ਇਹ ਤੋਂ ਵੱਧ ਸੁੱਤਾ ਨਹੀਂ ਜਾਂਦਾ ਹੈਗਾ, ਤਾਂ ਫਿਰ ਇੰਨਾ ਕਈ ਵਾਰੀ ਨਹੀਂ ਬੋਲਿਆ ਜਾਂਦਾ, ਫਿਰ ਇਕੱਠੀ ਪੀਸੀ ਕਰ ਲਈ ਆ। ਤਾਂ ਮੈਂ ਹਿੰਦੀ 'ਚ ਇੱਕ ਵਾਰੀ ਰਿਪੀਟ ਕਰਦੇ ਹਾਂ, MM ਕਿਸਾਨ ਮਜ਼ਦੂਰ ਮੋਰਚਾ ਹੈ ਔਰ SKM ਗੈਰ ਰਾਜਨੀਤਿਕ ਹੈ, ਉਨਕਾ ਇਹ ਅੰਦੋਲਨ ਹੈ। ਔਰ ਜਿਸ ਤਰ੍ਹਾਂ ਸੇ ਆਪਨੇ ਦੇਖਾ ਹੈ ਵੀ ਜਿਸ ਤਰ੍ਹਾਂ ਸੇ ਕੇਂਦਰ ਕੀ ਸਰਕਾਰ ਹਮਾਰੇ ਉੱਪਰ ਜਬਰ ਕਰ ਰਹੀ ਹੈ, ਇਹ ਬੁਲਟ SLR ਕੀ ਬੁਲਟ ਚਲਾਈ ਗਈ ਹਮਾਰੇ ਉੱਪਰ, ਇਸ ਤਰ੍ਹਾਂ ਸੇ ਹੰਝੂ ਗੈਸ ਜੋ ਹਮਾਰੇ ਉੱਪਰ ਨਹੀਂ ਚਲਾਉਣਾ ਚਾਹੀਏ, ਇਹ ਪਲਾਸਟਿਕ ਕੀ ਗੋਲੀਆਂ ਉਨ੍ਹਾਂ ਇਸਤੇਮਾਲ ਕੀ, ਔਰ ਇਹ ਰਬੜ ਕੀ ਗੋਲੀਆਂ, ਇਹ ਹਮਾਰੇ ਉੱਪਰ ਹੋ ਰਹਾ। ਔਰ ਜਿਸ ਤਰ੍ਹਾਂ ਸੇ ਹਮਾਰੀ ਪਰਸੈਪਸ਼ਨ ਬਣਾਈ ਜਾ ਰਹੀ ਹੈ ਮੀਡੀਆ ਮੇਂ, ਖਾਲਿਸਤਾਨ ਕਾ ਅਟੈਕ ਲਗਾਇਆ ਜਾ ਰਿਹਾ, ਪ੍ਰੋ ਲੈਫਟ ਬੋਲਾ ਜਾ ਰਿਹਾ ਹੈ, ਪ੍ਰੋ ਕਾਂਗਰਸ ਬੋਲਾ ਜਾ ਰਿਹਾ ਹੈ ਔਰ ਪ੍ਰੋ ਪੰਜਾਬ ਸਰਕਾਰ ਬੋਲਾ ਜਾ ਰਿਹਾ ਵੀ ਇਹ ਉਤਸ਼ਾਹਿਤ ਕਰ ਰਹੇ, ਐਸੀ ਕੋਈ ਬਾਤ ਨਹੀਂ। ਹਮ ਜਬ ਜਬ ਹਮ ਤੋ ਇਹ ਕਹਤੇ ਹੈ ਵੀ ਜੋ ਦੇਸ਼ ਮੇਂ ਨੀਤੀਆਂ ਲਾਗੂ ਹੈ ਕਾਂਗਰਸ ਲੈ ਕੇ ਆਨੇ ਵਾਲੀ ਹੈ,
और सीपीआई सीपीएम का राज पश्चिमी बंगाल में 35 साल रहा, उनका और अन्य राज्यों का हमको अधिक फर्क नहीं समझते हैं। तो हम जैसे हम सब सरकारों की आलोचना करते हैं, आम आदमी भगवंत मान सरकार की भी वैसी आलोचना करते हैं। हमसे किसी का कोई लेना देना नहीं, हम देश के किसान हैं, खेत मजदूर हैं और अपनी मांगों के लिए संघर्ष करते हैं। तो माननीय प्रधानमंत्री से अपील करते हैं, फिर मैं तो रोज अपील कर रहा हूं कि आपका बोलते हृदय बड़ा है, बड़ा हृदय कीजिए और हमें एमएसपी खरीद की गारंटी का कानून बना के दीजिए। जिस तरह से अनुराग ठाकुर जी बोल रहे हैं कि इनका मांग पत्र चार्ट बड़ा होता जा रहा, ये बात नहीं है। हमने पहले दिन से वही मांग पत्र रखा, उसी पे काम कर रहे हैं। जैसे बोला जा रहा है कि अगर एमएसपी खरीद की गारंटी का कानून बनाना है तो उसके लिए कमेटी आवश्यक है, तो हम बताना चाहेंगे आपको, कल भी बताया था कि जो सीएसीपी की रिपोर्ट के अनुसार देश के 23 फसलों के ऊपर सरकार पूरी तरह कैलकुलेट कर एमएसपी 23 फसलों का ऐलान करती है, तो हमने मंत्री महोदय के समक्ष ये बात रखी कि आप बताइए आप ये अनाउंसमेंट कैलकुलेशन से कर रहे हैं। बोले हाँ, तो हमने बोला इसके ऊपर लीगल गारंटी कानून बना दीजिए, हमें तो सिक्योरिटी चाहिए भी जो एमएसपी का ऐलान आपने किया वो कम रेट पर मंडी में ना बिके। तो अब वो कमेटी बना के हमारा मसला ठंडे बस्ते में डालना चाहते हैं। एक मैं और बात बोल दूं, चाहे छोड़ गए, यहां से भी किसानों को अर्धसैनिक फोर्सों ने, पुलिस ने उठाया है, वो अंबाला के थाने में है, ये रिपोर्ट आगे बारी। और खनौरी बॉर्डर से भी किसानों को उठाया गया, वो हरियाणा की अभी जेल में है। तो एग्जैक्ट गिनती तो नहीं मुझे मालूम, पर 15 इधर 15 बुलारा साहब को ज्यादा पता है, ये 15 होंगे इधर, उधर की गिनती अभी ले रहे हैं जो इनके थानों में है। फिर भी हम नहीं कहते, भी वार्ता नहीं करेंगे।